ਹੈਲੋ एवरीवन ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਠੀਕ ਹੋ ਗੋਗੇ ਤੇ ਇਹ ਯੂਐਸ ਜਾਣ ਤੋਂ ਪਹਿਲੇ ਸਾਡੀ ਦੀਵਾਲੀ ਦੀ ਵੀਡੀਓ ਛੋਟੀ ਜਿਹੀ ਕਲਿੱਪ ਲਿੱਤੀ ਸੀ ਤੇ ਇਹ ਮੈਂ ਨਾਲ ਹੀ ਇਹਦੇ ਐਡ ਕਰ ਦਿੱਤੀ ਇਹ ਪੂਰੇ ਮਤਲਬ ਪੂਰੇ ਹਫਤੇ ਦਾ ਹੀ ਵਲੌਗ ਹੈਗਾ ਛੋਟੇ 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 ਵੀਡੀਓਜ਼ ਬਣੀਆਂ ਤੇ ਮੈਂ ਇੱਕ ਪੂਰੀ ਵੀਡੀਓ ਬਣਾਈ ਹੈ ਤੇ ਉਸ ਤੋਂ ਬਾਅਦ 에ਰਪੋਰਟ ਤੇ ਅਸੀਂ ਲੋਕ ਜਾ ਰਹੇ ਸੀ ਤੇ ਸਾਡਾ ਹੋ ਗਿਆ ਸਾਨੂੰ 1 ਵੀਕ ਹੋ ਗਿਆ ਸਾਨੂੰ ਆਏ ਹੋਏ ਨੂੰ ਯੂ ਐਸ ਚ ਤੇ ਇਹ ਯੂ ਐਸ ਦਾ ਇਹ ਮੁੰਬਈ 에ਰਪੋਰਟ ਦਾ ਵੀਡੀਓ ਹੈਗਾ ਤੇ ਜਦੋਂ ਸਾਰੇ ਸਾਨੂੰ ਸੀ ਆਫ ਕਰਨ ਆਏ ਸੀਗੇ ਤੇ ਇਹ ਮੇਰੀ ਫੈਮਿਲੀ ਦੀ ਵੀਡੀਓ ਹੈ ਤੇ ਮੈਂ ਮੈਕਸ ਨੂੰ ਮਿਲਦੀ ਪਈ ਸੀ ਮੈਕਸ ਨੂੰ ਅਸੀਂ ਛੱਡ ਕੇ ਜਾ ਰਹੇ ਸੀ ਮੈਕਸ ਮੇਰੇ ਪੈਟ ਦਾ ਨਾਮ ਹੈ ਤੇ ਬਸ ਫਿਰ ਅਸੀਂ ਯੂਐਸ ਚ ਪਹੁੰਚ ਗਏ ਵਿੱਚ ਕੋਈ ਵੀਡੀਓਜ਼ ਨਹੀਂ ਬਣਾਈਆਂ ਕਿਉਂਕਿ ਮੈਂ ਕੋਈ ਵੀਡੀਓਜ਼ ਬਣਾਈ ਨਹੀਂ ਮਤਲਬ ਮਤਲਬ ਹੋਇਆ ਹੀ ਨਹੀਂ ਟਾਈਮ ਹੀ ਨਹੀਂ ਮਿਲ ਪਾਇਆ ਯਾ ਇਸ ਤਰ੍ਹਾਂ ਤੇ ਫਿਰ ਉਸ ਤੋਂ ਬਾਅਦ ਅਸੀਂ ਫਰੈਂਡ ਦੇ ਘਰ ਪਹੁੰਚ ਗਏ ਫਰੈਂਡ ਦੇ ਘਰ ਵਿੱਚ ਅਸੀਂ ਲੋਕ ਅਸੀਂ ਇਹ ਸਾਡੇ ਬਹੁਤ ਹੀ ক্লোਜ਼ ਫਰੈਂਡ ਨੇ ਅਸੀਂ ਆਪਣੇ ਫਰੈਂਡ ਦੇ ਘਰ ਪਹੁੰਚ ਗਏ ਆ ਤੇ ਅਸੀਂ ਇਹਨਾਂ ਦੇ ਘਰ ਹੀ ਰੁਕਣ ਵਾਲੇ ਹਾਂ ਜਦ ਤੱਕ ਅਸੀਂ ਆਪਣਾ ਘਰ ਦੇਖਾਂਗੇ ਤੇ ਅਸੀਂ ਆਪਣੇ ਫਰੈਂਡ ਦੇ ਘਰ ਰੁਕਣ ਵਾਲੇ ਹਾਂ ਤੇ ਬਹੁਤ ਹੀ ਅੱਛਾ ਲੱਗ ਰਿਹਾ ਅਸੀਂ ਵਾਪਸ ਕਮਬੈਕ ਹੋ ਕੇ ਤੇ ਇਹ ਸਾਡੇ ਬੈਗ ਪਏ ਹੋਏ ਆ ਤੇ ਉਸ ਤੋਂ ਬਾਅਦ ਫਿਰ ਉਸੇ ਦਿਨ ਮੇ ਜਿਸ ਦਿਨ ਮੈਂ ਯੂ ਐਸ ਚ ਪਹੁੰਚੀ ਸੀ ਤੇ ਮੇਰੀ ਫਰੈਂਡ ਦਾ ਬਰਥਡੇ ਸੀ ਤੇ ਫਿਰ ਮੈਂ ਉਸ ਦੇ ਲਈ ਮੈਂ ਉਹਨੂੰ ਸਰਪ੍ਰਾਈਜ਼ ਦੇਣਾ ਸੀਗਾ ਤੇ ਅਸੀਂ ਕੇਕ ਲੈਣ ਜਾ ਰਹੇ ਸੀਗੇ ਐਕਚੁਅਲੀ ਅਸੀਂ ਯੂ ਐਸ ਚ ਕਿਸੇ ਨੂੰ ਵੀ ਫਰੈਂਡਸ ਨੂੰ ਦੱਸਿਆ ਹੀ ਨਹੀਂ ਸੀ ਕਿ ਅਸੀਂ ਯੂ ਐਸ ਚ ਵਾਪਸ ਆ ਰਹੇ ਹਾਂ ਤੇ ਫਿਰ ਅਸੀਂ ਲੋਕ ਗਏ ਪਬਲਿਕਸ ਵਿੱਚ ਗਏ ਸੀਗੇ ਤੇ ਉੱਥੋਂ ਅਸੀਂ ਲਿਆ ਕੇ ਕੇਕ ਤੇ ਇਹ ਕੇਕ ਲੈ ਕੇ ਅਸੀਂ ਉਸ ਦੇ ਘਰ ਜਾਣਾ ਹੈ ਤੇ ਉਹਨੂੰ ਸਰਪ੍ਰਾਈਜ਼ ਦਾਂਗੇ ਇੱਕ ਤਾਂ ਸਰਪ੍ਰਾਈਜ਼ ਹੈਗਾ ਇਹ ਸਭ ਤੋਂ ਵੱਡਾ ਕਿ ਅਸੀਂ ਯੂਐਸ ਚ ਆ ਗਏ ਹਾਂ ਤੇ ਉੱਥੋਂ ਅਸੀਂ ਕੇਕ ਲੈ ਕੇ ਜਾ ਰਹੇ ਹਾਂ ਉਹਦੇ ਲਈ ਤੇ ਉਹਨੂੰ ਵੀ ਬਹੁਤ ਅੱਛਾ ਲੱਗੇਗਾ ਸਾਨੂੰ ਵੀ ਬਹੁਤ ਅੱਛਾ ਲੱਗੇਗਾ ਤੇ ਉਸ ਤੋਂ ਬਾਅਦ ਅਸੀਂ ਇਹ ਛੋਟੀ ਜਿਹੀ ਵੀਡੀਓ ਬਣਾਈ ਸੀ ਸਰਪ੍ਰਾਈਜ਼ ਦੀ ਤੇ ਉਹ ਬਹੁਤ ਹੀ ਜ਼ਿਆਦਾ ਹਰਾਨ ਹੋ ਗਈ ਸੀ ਕਿ ਮਤਲਬ ਅਸਲ ਵਿੱਚ ਬਿਲਕੁਲ ਨਹੀਂ ਬਤਾ ਸੀ ਉਹਨਾਂ ਕੋ ਕਿ ਅਸੀਂ ਵਾਪਸ ਆ ਰਹੇ ਹਾਂ ਤੇ ਏ ਵੀਰੋਸ ਤੋਂ ਬਾਅਦ ਆਇਆ ਮੈਕਸ ਦਾ ਇਹ ਦੋ ਹਫਤੇ ਬਾਅਦ ਦੀ ਵੀਡੀਓ ਹੈ ਉਸ ਤੋਂ ਬਾਅਦ ਦੋ ਹਫਤੇ ਬਾਅਦ ਮੈਕਸ ਆਇਆ ਤੇ ਇਹ ਵੀਡੀਓ ਚ ਮੈਕਸ ਇੰਨਾ ਜਿਆਦਾ ਖੁਸ਼ ਹੋਇਆ ਉਹ ਮਤਲਬ ਮੈਕਸ ਸਾਡੇ ਕੋਲ 2 ਹਫਤੇ ਬਾਅਦ ਆਇਆ ਸੀ ਤੁਸੀਂ ਵੀਡੀਓ ਚ ਦੇਖਿਆ ਹੋਵੇਗਾ ਕਿ ਇੰਨਾ ਜ਼ਿਆਦਾ ਖੁਸ਼ ਹੋ ਗਿਆ ਸੀ ਮੈਕਸ ਦੇਖ ਕੇ ਔਰ ਅਸੀਂ ਵੀ ਬਹੁਤ ਜ਼ਿਆਦਾ ਖੁਸ਼ ਹੋ ਗਏ ਸੀਗੇ ਤੇ ਉਹਦੇ ਕੋਲ ਵੀ ਰਿਆ ਨਹੀਂ ਜਾ ਰਿਹਾ ਸੀ ਕਦੋਂ ਮੈਂ ਬਾਹਰ ਨਿਕਲਾ ਤੇ ਅ ਤੁਹਾਣਾ ਸਾਡੇ ਕੋਲ ਰਿਆ ਜਾ ਰਿਹਾ ਸੀਗਾ ਉਹ ਲਾਸਟ ਦੇ ਜਿਹੜੇ 2 ਮਿੰਟ 3 ਮਿੰਟ ਉਹ ਬਦਦਾਸ਼ ਹੀ ਨਹੀਂ ਹੋ ਰਹੇ تھے ਕਿ ਕਿ ਕਦੋਂ ਮੈਕਸ ਆਜੇ 2 ਹਫਤੇ ਵੇਟ ਕਰਨ ਤੋਂ ਬਾਅਦ ਆ ਟਾਈਮ ਆਇਆ ਤੇਗਾ ਤੇ ਉਹਨੂੰ ਇੰਨਾ ਨਹੀਂ ਪਤਾ ਕਿ ਵੀ ਮੈਂ ਕਿੱਥੇ ਆਇਆ ਕਿੱਥੇ ਨਹੀਂ ਆਇਆ ਉਹਨੂੰ ਬਸ ਸਾਡੇ ਨਾਲ ਮਤਲਬ ਜਿਗਾ ਮੇਰੇ ਆਪਣੇ ਮੰਨੋ ਮਿਲ ਗਏ ਆ ਤੇ ਬਹੁਤ ਹੀ ਇੱਕ ਬਹੁਤ ਹੀ ਇਮੋਸ਼ਨਲ ਵੀਡੀਓ ਹੈ ਜਿਆਸੀ ਤੇ ਉਸ ਤੋਂ ਬਾਅਦ ਨਾ ਐਕਚੁਅਲੀ ਇੱਕ ਤਾਂ ਇੱਕ ਐਵੀ ਚੀਜ਼ ਸੀਗੀ ਇਹਨੂੰ ਵੀ ਨਹੀਂ ਪਤਾ ਸੀਗਾ ਇਹਨੂੰ ਤਾਂ ਇਹ ਹੀ ਨਹੀਂ ਪਤਾ ਸੀਗਾ ਕਿ ਮੈਂ ਵਾਪਸ ਮੈਨੂੰ ਆਪਣੇਆਂ ਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਤੁਹਾਨੂੰ ਤਾਂ ਫਿਰ ਵੀ ਪਤਾ ਸੀ ਇਹਨੇ ਤੁਹਾਡੇ ਕੋਲ ਆਣਾ ਹੈ ਪਰ ਇਹਨੂੰ ਨਹੀਂ ਪਤਾ ਸੀਗਾ ਤੇ ਇਹ ਬਹੁਤ ਬਹੁਤ ਜ਼ਿਆਦਾ ਮਤਲਬ ਇਹ ਮਤਲਬ ਸਮਝ ਹੀ ਨਹੀਂ ਆ ਰਿਹਾ ਸੀ ਉਹ ਟਾਈਮ ਮੈਨੂੰ ਇਹਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਸੀਗਾ ਵੀ ਕਿੱਦਾਂ ਅਚਾਨਕ ਮਿਲਿਆ ਸਾਨੂੰ ਤੇ ਦੋ ਹਫਤੇ ਵੇਟ ਕੀਤੀ ਫਿਰ ਇਹਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਤੇ ਇਹ ਬਸ ਇਹਨੂੰ ਗੱਡੀ ਚ ਬਿਠਾਇਆ ਤੇ ਜਿੱਥੇ ਅਸੀਂ ਜਾਣਾ ਸੀ ਵਾਪਸ ਘਰ ਜਾਣਾ ਸੀ ਉਹ 4 ਆਵਰਸ ਦਾ ਹੈਗਾ ਸੀ ਤੇ ਇਹ ਗੱਡੀ ਚ ਬੈਠਿਆ ਇਹਨੂੰ ਮਾਸਾ ਤੰਗ ਨਹੀਂ ਕੀਤਾ ਇਹਨੂੰ ਭੁੱਖ ਲੱਗ ਰਹੀ ਸੀ ਨੇ ਬਸ ਖਾਦਾ ਪੀਦਾ ਸੋ ਗਿਆ ਬਹੁਤ ਮਸਤੀਆਂ ਵੀ ਕਰ ਰਿਹਾ ਸੀ ਤੇ ਬਹੁਤ ਹੀ ਇੱਕ ਇਮੋਸ਼ਨਲ ਵੀਡੀਓ ਸੀ ਜਸਪ੍ਰਿਤ ਨੂੰ ਮਿਲ ਰਹੀ ਸੀ ਜਸਤੀ ਨੂੰ ਵੀ ਮਿਲ ਕੇ ਬਹੁਤ ਜ਼ਿਆਦਾ ਖੁਸ਼ ਹੋਇਆ ਜਸਤੀ ਨਾਲ ਬਹੁਤ ਜ਼ਿਆਦਾ ਅਟੈਚ ਹੈ ਤੇ ਫਿਰ ਬਸ ਮਤਲਬ ਅੱਛਾ ਲੱਗਾ ਹੁਣ ਤੁਹਾਨੂੰ ਖੁਦ ਨੂੰ ਵੀ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਸੀ ਜਦੋਂ ਮੈਂ ਤੁਹਾਡੇ ਕੋਲ ਆ ਗਿਆ ਸੀ ਤੁਹਾਨੂੰ ਖੁਦ ਨੂੰ ਬਹੁਤ ਅੱਛਾ ਲੱਗ ਰਿਹਾ ਸੀ ਕਾਰ ਵਿੱਚ ਮਸਤੀਆਂ ਕਰ ਰਿਹਾ ਸੀ ਤੇ ਹੁਣ ਤੁਹਾਨੂੰ ਖੁਦ ਨੂੰ ਲੱਗ ਰਿਹਾ ਕਿ ਸਾਡੀ ਫੈਮਿਲੀ ਕੰਪਲੀਟ ਹੋ ਗਈ ਤੇ ਮੇਹਰ ਨੂੰ ਅਸੀਂ ਨਾਲ ਨਹੀਂ ਲੈ ਕੇ ਆਏ ਸੀ ਕਿਉਂਕਿ 4 ਆਵਰਸ ਦਾ ਟ੍ਰੈਵਲ ਸੀਗਾ ਤੇ ਆਨ ਜਾਣ 'ਚ 8 ਘੰਟੇ ਲੱਗ ਜਾਣੇ ਸੀ ਇਸ ਕਰਕੇ ਅਸੀਂ ਮੇਹਰ ਨੂੰ ਨਾਲ ਨਹੀਂ ਲੈ ਕੇ ਆਏ ਤੇ ਅਸੀਂ ਕਿਹਾ ਕਿ ਚਲੋ ਮੇਹਰ ਘਾਰੇ ਮਿਲ ਲੇਗੀ ਤੇ ਫਿਰ ਬੱਸ ਅਸੀਂ ਲੋਕਾਂ ਨੇ ਕਿਉਂਕਿ ਬੱਸ ਆਨ ਜਾਣ ਹੀ ਕਰਨਾ ਸੀ ਉੱਥੇ ਰੁਕਣਾ ਨਹੀਂ ਸੀ ਬੱਸ ਪਹੁੰਚ ਕੇ ਤੇ ਮੈਕਸ ਨੂੰ ਰਿਸੀਵ ਕਰਨਾ ਸੀ ਤੇ ਉਸ ਤੋਂ ਬਾਅਦ ਅਸੀਂ ਘਰ ਨੂੰ ਆਣਾ ਸੀ ਤੇ ਬਹੁਤ ਅੱਛਾ ਲੱਗਾ ਔਰ ਅੱਗੇ ਦੀ ਜੋ ਵੀ ਵੀਡੀਓਜ਼ ਹੋਣੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਮੈਕਸ ਦੇ ਨਾਲ ਜਾਂ ਚਾਹੇ ਘਰ ਨੂੰ ਲੈ ਕੇ ਜਾਂ ਕੋਈ ਵੀ ਵੀਡੀਓ ਦੇ ਕੇ ਮੈਂ ਸ਼ੇਅਰ ਕਰਾਂਗੀ ਅਗਰ ਮੇਰੀ ਵੀਡੀਓ ਪਸੰਦ ਆਂਦੀ ਹੈ ਤਾਂ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਤੇ ਜਲਦੀ ਮਿਲਾਂਗੇ ਨੈਕਸਟ ਵੀਡੀਓ ਵਿੱਚ ਥੈਂਕ ਯੂ ਸੋ ਮਚ